ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਜਿੰਦਬੜਾਲੀ ਪੇਜ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਬੜੀ ਦਿਲਚਸਪ ਬਣਨ ਜਾ ਰਹੀ ਹੈ ਸ਼ੁਰੂ ਤੋਂ ਲੈ ਕੇ ਹੱਦ ਤੱਕ ਇਸ ਵੀਡੀਓ ਤੇ ਬਣੇ ਰਹੋ ਤੇ ਅੱਜ ਆਪਾਂ ਗੱਲ ਕਰਾਂਗੇ ਟਵਾਣੇ ਗੋਤ ਬਾਰੇ ਸੋ ਟਵਾਣਾ ਗੋਤ ਦਾ ਇਤਿਹਾਸ ਕੀ ਹੈ ਇਹ ਤੁਹਾਨੂੰ ਦੱਸਦੇ ਹਾਂ ਅੱਜ ਜਿਹੜੇ ਜਿਹੜੇ ਟਵਾਣੇ ਆ ਉਹ ਜ਼ਰੂਰ ਸੁਣਿਓ ਵੀਡੀਓ ਨੂੰ ਸੋ ਇਹ ਪਰਮਾਰ ਰਾਜਪੂਤਾ ਵਿੱਚੋਂ ਆ ਜੀ ਟਵਾਣੇ ਸੋ ਇਹ ਪਹਿਲਾ ਧਾਰਾ ਨਗਰੀ ਤੋਂ ਉੱਠ ਕੇ ਰਾਮਪੁਰ ਦੇ ਖੇਤਰ ਦੇ ਵਿੱਚ ਆਬਾਦ ਹੋਏ ਫਿਰ ਅਲਾਉਦੀਨ ਖਿਲਜੀ ਦੇ ਸਮੇਂ 13ਵੀਂ ਸਦੀ ਦੇ ਵਿੱਚ ਇਹ ਪੰਜਾਬ ਆਏ ਟਬਾਣੇ ਪੰਜਾਬ ਵਿੱਚ ਬਹੁਤੇ ਪ੍ਰਮਾਣ ਲੁਧਿਆਣੇ ਦੇ ਖੇਤਰ ਦੇ ਵਿੱਚ ਪਹਿਲਾਂ ਹੀ ਆਬਾਦ ਸਨ ਇਹ ਰਾਜੇ ਜਗਦੇਵ ਦੇ ਭਰਾ ਰਣ ਧੌੜ ਦੀ ਵੰਸ਼ ਵਿੱਚੋਂ ਟਬਾਣੇ ਸੋ ਇਸ ਵੰਸ਼ ਦਾ ਪ੍ਰਸਿੱਧ ਰਾਜਾ ਰਾਏ ਸ਼ੰਕਰ ਹੋਇਆ ਜੀ ਜਿਸ ਦਾ ਰਾਮਪੁਰ ਦੇ ਇਲਾਕੇ ਦੇ ਵਿੱਚ ਰਾਜ ਸੀ ਟਬਾਣੇ ਗੋਤ ਦਾ ਮੋਢੀ ਤੇਊ ਸੀ ਤੇਊ ਤੋਂ ਟਬਾਣਾ ਬਣਿਆ ਸੋ ਟਿਵਾਣੇ ਦੀ 7ਵੀਂ ਪੀੜ੍ਹੀ ਦੇ ਵਿੱਚੋਂ ਲਖੂ ਪ੍ਰਸਿੱਧ ਹੋਇਆ ਜੋ ਪਟਿਆਲੇ ਖੇਤਰ ਦੇ ਵਿੱਚ ਆ ਕੇ ਆਬਾਦ ਹੋਇਆ ਟਿਵਾਣੇ ਇੱਕ ਸਤੀ ਦੀ ਵੀ ਪੂਜਾ ਕਰਦੇ ਆ ਜਿਸ ਨੂੰ ਦਾਦੀ ਬੀਰ ਸਧੋਈ ਕਿਹਾ ਜਾਂਦਾ ਕਿਸੇ ਸਮੇਂ ਲੁਧਿਆਣੇ ਦੇ ਖੇਤਰ ਭਗੌਰ ਸਰਬਰਪੁਰ ਰੱਬੂ ਉੱਚੀ ਅਤੇ ਸਰਹੰਦ ਭਾਰਸੋਂ ਕੋਲ ਚਨਾਥਲ ਆਰ ਦੇ ਵਿੱਚ ਟਿਵਾਣਿਆਂ ਦੀ ਚੌਧਰ ਹੁੰਦੀ ਸੀ ਸੋ ਪਟਿਆਲੇ ਤੇ ਫਤਿਹਗੜ੍ਹ ਸਾਹਿਬ ਦੇ ਖੇਤਰਾਂ ਦੇ ਵਿੱਚ ਟਿਵਾਣਾ ਤੇ ਟੌੜਾ ਪਿੰਡ ਟਿਵਾਣੇ ਭਾਈਚਾਰੇ ਦਾ ਪ੍ਰਸਿੱਧ ਪਿੰਡ ਹੈ। ਪੂਰਬੀ ਪੰਜਾਬ ਵਿੱਚ ਫਿਰੋਜ਼ਪੁਰ, ਲੁਧਿਆਣਾ, ਪਟਿਆਲਾ ਤੇ ਅਬਾਲਾ ਦੇ ਕੁਝ ਖੇਤਰਾਂ ਦੇ ਵਿੱਚ ਟਿਵਾਣੇ ਭਾਈਚਾਰੇ ਦੇ ਲੋਕ ਵੱਸਦੇ ਆਂ। ਮਾਝੇ ਦੇ ਵਿੱਚ ਟਿਵਾਣੇ ਬੜੇ ਘੱਟ ਆਂ। ਪੂਰਬੀ ਪੰਜਾਬ ਤੋਂ ਬਹੁਤੇ ਟਿਵਾਣੇ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਬਹੁਤੇ ਟਿਵਾਣੇ ਪੱਛਮੀ ਪੰਜਾਬ ਦੇ ਸ਼ਾਹਪੁਰ, ਮੁਲਤਾਨ, ਝੰਗ, ਮਿੰਟਗੋਮਰੀ, ਮੁਜ਼ੱਫਰਗੜ੍ਹ ਨੂੰ ਮੁਜੇ ਪਰਗਣਾ ਤੇ ਬੰਨੂ ਤੱਕ ਦੇ ਖੇਤਰਾਂ ਵਿੱਚ ਜਾ ਕੇ ਆਬਾਦ ਹੋ ਗਏ ਸਨ ਲਹਿੰਦੇ ਪੰਜਾਬ ਦੇ ਵਿੱਚ ਸੋ ਟਿਵਾਣੇ ਕਿਤੇ ਸਮੇਂ ਸਿੰਧ ਦੇ ਇਲਾਕੇ ਜਹਾਗੀਰ ਦੇ ਵਿੱਚ ਵੀ ਵਸਦੇ ਰਹੇ ਹਨ ਸੋ ਪੱਛਮੀ ਪੰਜਾਬ ਦੇ ਬਹੁਤੇ ਟਿਵਾਣੇ ਮੁਸਲਮਾਨ ਬਣ ਗਏ ਸਨ ਟਿਵਾਣਿਆਂ ਦੀ ਸਭ ਤੋਂ ਬਹੁਤੀ ਵਸੋਂ ਸ਼ਾਹਪੁਰ ਦੇ ਖੇਤਰ ਵਿੱਚ ਸੀ ਇਸ ਇਲਾਕੇ ਵਿੱਚ ਮਿੱਠਾ ਟਿਵਾਣਾ ਇਹਨਾਂ ਦਾ ਪ੍ਰਸਿੱਧ ਨਗਰ ਹੈ ਸੋ ਪੂਰਬੀ ਪੰਜਾਬ ਦੇ ਵਿੱਚ ਸਾਰੇ ਟਿਵਾਣੇ ਸਿੱਖ ਹਨ ਅਕਾਲੀ ਲੀਡਰ ਗੁਰਚਰਨ ਸਿੰਘ ਟਵੜਾ ਵੀ ਟਿਵਾਣਾ ਜੱਟ ਸੀ ਸੋ ਸਰ ਸਕੰਦਰ ਹਯਾਤ ਖਾਂ ਟਿਵਾਣਾ ਸਾਂਝੇ ਪੰਜਾਬ ਦਾ ਮੁੱਖ ਮੰਤਰੀ ਦੇ ਆ ਰਾਜਪੂਤਾ ਵਿੱਚ ਹੋਣ ਕਾਰਨ ਟਿਵਾਣੇ ਲੜਾਕੂ ਹੁੰਨੇ ਆ ਟਿਵਾਣੇ ਸਿਆਲ ਤੇ ਘੇਬੇ ਜੱਟਾਂ ਨੂੰ ਆਪਣੀ ਬਰਾਦਰੀ ਵਿੱਚੋਂ ਸਮਝਦੇ ਆ ਅੰਮ੍ਰਿਤਸਰ ਦੇ ਇਲਾਕੇ ਵਿੱਚ ਟਿਵਾਣੇ ਕੰਬੋਜ ਵੀ ਹੈਗੇ ਆ ਸੋ ਜੱਗੀ ਖੱਤਰੀ ਵੀ ਇਸ ਵੰਸ ਦੇ ਵਿੱਚੋਂ ਆ 1881 ਦੀ ਜਨਸੰਖਿਆ ਦੇ ਅਨੁਸਾਰ ਪੰਜਾਬ ਦੇ ਵਿੱਚ ਟਿਵਾਣੇ ਗੋਤ ਦੇ ਲੋਕਾਂ ਦੀ ਗਿਣਤੀ 3607 ਸੀ ਸੋ ਟਿਵਾਣੇ ਜੱਟਾਂ ਦੀ ਗਿਣਤੀ ਬੜੀ ਘੱਟ ਹੈ ਪਰ ਇਹ ਬੜਾ ਹੀ ਪ੍ਰਸਿੱਧ ਗੋਤ ਹੈ ਟਿਵਾਣਾ ਸੋ ਹੋਏ ਸੀ ਟਿਵਾਣੇ ਗੋਤ ਦਾ ਇਤਿਹਾਸ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਨਵਾਂ ਗੋਤ ਤੇ ਉਹਦਾ ਇਤਿਹਾਸ ਤੁਹਾਡੀ ਨਜ਼ਰ ਕਰਨਾ ਸੋ ਵੀਡੀਓਜ਼ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਦਿਲਚਸਪ ਗੱਲਾਂ ਬੜੀਆਂ ਘੱਟ ਸੁਣਨ ਨੂੰ ਮਿਲਦੀਆਂ ਐ ਤੇ ਮੇਰੀ ਇਹੀ ਰਹਿੰਦਾ ਵੱਧ ਤੋਂ ਵੱਧ ਕੇ ਮੈਂ ਤੁਹਾਨੂੰ ਉਹ ਚੀਜ਼ਾਂ ਦੱਸਾਂ ਜਿਹੜੀਆਂ ਤੁਸੀਂ ਕਦੇ ਸੁਣੀ ਹੀ ਨਹੀਂ ਸੋ ਮਿਲਦੇ ਹਾਂ ਅਗਲੇ ਗੋਤਵਾਰੇ ਜਾਣਕਾਰੀ ਲੈ ਕੇ ਔਰ ਉਹ ਤੱਕ ਬਲਾਓ ਫਤਿਹ ਸੋ ਜਿੰਨਾ ਵੀਰਾਂ ਨੇ ਆਪਣਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜ਼ਰੂਰ ਕਰ ਲੈਣ ਅਤੇ ਬੈਲ ਵਾਲਾ ਬਟਨ ਹੈ ਜਿਹੜਾ ਉਹ ਵੀ ਜ਼ਰੂਰ ਦਬੋ ਤਾਂ ਕਿ ਨਵੀਆਂ ਵੀਡੀਓਆਂ ਦੀਆਂ ਜਿਹੜੀਆਂ ਨੋਟੀਫਿਕੇਸ਼ਨਾਂ ਐ ਉਹ ਵੀ ਤੁਹਾਨੂੰ ਮਿਲ ਸਕਣ ਅਤੇ ਇਸ ਚੈਨਲ ਉੱਤੇ ਤੁਹਾਨੂੰ ਵਕ ਵਕ ਵਿਸ਼ਿਆਂ ਉੱਤੇ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਜੋ ਕਿ ਬੜੀਆਂ ਦਿਲਚਸਪ ਰੋਚਕ ਅਤੇ ਇਤਿਹਾਸ ਭਰਪੂਰ ਅਤੇ ਇੱਕ ਕਹਿ ਲਈਏ ਵੀ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੋਣਗੀਆਂ ਸੋ ਕਿਉਂਕਿ ਮੈਂ ਸਮਝਦਾ ਕਿ ਲੋਕ ਪੜਨਾ ਛੱਡ ਗਏ ਆਪਣਾ ਇਤਿਹਾਸ ਸਾਰਾ ਕੁਝ ਸੋ ਮੈਂ ਸਿਰਫ ਮੇਰਾ ਇੱਕ ਇਹ ਲਾਲਸਾ ਹੈ ਜਾਂ ਕਹਿ ਲਈਏ ਮੇਰਾ ਸ਼ੌਂਕ ਹੈ ਕਿ ਮੈਂ ਤੁਹਾਨੂੰ ਬੱਦ ਤੋਂ ਬੱਦ ਇਹਨਾਂ ਚੀਜ਼ਾਂ ਬਾਰੇ ਜਾਣੂ ਕਰਾਵਾਂ ਜੋ ਕਿ ਸੋਸ਼ਲ ਮੀਡੀਆ ਦਾ ਆਪਾਂ ਪੂਰਾ ਫਾਇਦਾ ਚੱਕਣਾ ਠੀਕ ਹੈ ਜੀ ਸੋ ਚੰਗੇ ਕੰਮ ਨੂੰ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਵੀਡੀਓ ਵਿੱਚ ਨਵਾਂ ਵਿਸ਼ਾ ਲੈ ਕੇ ਦਿਲਚਸਪ ਗੱਲਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਔਰ ਉਦੋਂ ਤੱਕ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ